ਸਵਿਫਟ ਨਾਲੋਂ ਵੀ ਘੱਟ ਰੇਟ ਤੇ ਆਸਕਿੰਗ ਪ੍ਰਾਈਸ ਇਹਦੀ ਰੱਖੀ ਹੋਈ ਹੈ 3,10,000 ਰੁਪਿਆ ਸਿਰਫ 2015 ਐਸ10 ਪੂਰੀ ਮਾਰਕੀਟ ਚੋਂ ਲੱਭ ਲਓ ਜਿੰਨੇ ਦੀ ਗੱਡੀ ਦੇ 9.5 ਲੱਖ ਰੁਪਏ ਦੀ ਭਾਜੀ 15 ਐਸ10 ਗੱਡੀ ਦੇ ਦਿੱਤੀ ਇੰਡੀਗੋ ਇਹ ਭਾਜੀ 14 ਮਾਡਲ ਕਾਰ ਹੈ ਕਿਸੇ ਨੂੰ ਵੱਧ ਐਵਰੇਜ ਵਾਲੀ ਕਾਰ ਚਾਹੀਦੀ ਹੋਵੇ ਸਾਰੀ ਓਰੀਜਨਲ ਚਾਹੀਦੀ ਹੋਵੇ ਘੱਟ ਬਜਟ 'ਚ ਚਾਹੀਦੀ ਹੋਵੇ ਮਾਡਲ ਉੱਚਾ ਚਾਹੀਦਾ ਹੋਵੇ ਠੀਕ ਹੈ ਆਹ ਗੱਡੀ ਆਪਾਂ ਦੇਵਾਂਗੇ ਕਸਟਮਰ ਨੂੰ ਇਹ 2014 ਮਾਡਲ ਹੈ ਜੀ ਠੀਕ ਹੈ ਨਾਮ ਪਹਿਲੇ ਆ ਚੱਲੀ ਸਿਰਫ ਤੇ ਸਿਰਫ 53,000 ਕੰਪਨੀ ਰਿਕਾਰਡ ਇਹ ਨਾ ਸੋਚਿਓ ਕਿ ਭਾਈ ਟੈਕਸੀ ਚੱਲੀ ਆ ਟੈਕਸੀ ਨਹੀਂ ਹੈਗੀ ਇਹ ਘਰੋਂ ਹਿੱਲੂ ਗੱਡੀ ਆ ਇਹ ਭਾਜੀ ਤੁਸੀਂ ਆਪ ਜਦੋਂ ਆ ਕੇ ਕਸਟਮਰ ਦੇਖੂਗਾ ਨਾ ਗੱਡੀ ਆਪਣੇ ਆਪ ਸਮਝੂਗਾ ਕਿ ਹਾਂ ਵਾਕਈ 'ਚ ਕੁਝ ਨਵੇਂ ਇੰਜਨ ਵਾਲੀ ਆ ਗਈ ਭਾਜੀ ਨਵੀਂ ਲਾਈਟਾਂ ਵਾਲੀ ਆ ਗਈ ਨਵੇਂ ਇੰਟੀਰੀਅਰ ਵਾਲੀ ਆ ਠੀਕ ਆ ਕਾਫੀ ਚੇਂਜਸ ਪਾਈਆਂ ਨੇ ਆ ਇੰਜਨ ਦੇ ਵਿੱਚ ਆਸਕਿੰਗ ਪ੍ਰਾਈਸ ਭਾਜੀ ਹਾਂਜੀ ਜਨਾਬ ਕੀ ਹਾਲ ਚਾਲ ਆ ਜੀ ਮੇਰਾ ਨਾਮ ਆ ਸਾਵਨ ਤੁਸੀਂ ਦੇਖ ਰਹੇ ਹੋ ਆਪਣਾ ਚੈਨਲ ਮਿਸਟਰ ਸੁਨੇਤ ਅੱਜ ਆਪਾਂ ਬੈਠੇ ਹਾਂ ਜੀ ਕਾਰਸ ਨੰਬਰ 1 ਦੇ ਵਿੱਚ ਨਾਲ ਨੇ ਆਪਣੇ ਇੱਥੋਂ ਦੇ ਓਨਰ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹਰਕੀਰਤ ਸਿੰਘ ਗਰੇਵਾਲ ਆ ਮੈਂ ਓਨਰ ਆ ਕਾਰ ਨੰਬਰ 1 ਦਾ ਜੀ ਮੇਰਾ ਮੋਬਾਈਲ ਨੰਬਰ ਜਿਹੜਾ ਹੈਗਾ ਉਹ ਹੈਗਾ 8283661816 ਇਹ ਸਾਹਮਣੇ ਫਲੈਸ਼ ਕਰ ਰਿਹਾ ਹੋਊਗਾ ਤੁਸੀਂ ਉੱਥੋਂ ਨੰਬਰ ਲੈ ਸਕਦੇ ਹੋ ਇਹਨਾਂ ਦਾ ਤੇ ਭਾਈ ਇਹ ਤੇ ਤੁਸੀਂ ਮੈਨੂੰ ਦੱਸਿਆ ਸੀਗਾ ਕੋਈ ਖਾਸ ਗਿਫਟ ਵੀ ਦੇਣ ਵਾਲੇ ਜਿਹੜੇ ਆਪਣੇ ਬਾਇਰ ਹੋਣਗੇ ਬਿਲਕੁਲ ਸਾਡੇ ਸਪੈਸ਼ਲ ਬਾਇਰ ਵਾਸਤੇ ਬਹੁਤ ਹੀ ਸਪੈਸ਼ਲ ਗਿਫਟ ਹੈ ਤੁਹਾਡਾ ਲੱਖਾਂ ਦਾ ਫਾਇਦਾ ਕਰਾਵਾਂਗੇ ਤੁਸੀਂ ਆਓ ਤਾਂ ਅਸੀਂ ਤੁਹਾਨੂੰ ਪਤਾ ਲੱਗੂਗਾ ਹਾਂਜੀ ਵਰਿੰਦਰਾ ਦੀ ਬਲੈਰੋ ਆ ਗਈ ਜੀ 2017 ਮਾਡਲ ਹੈ ਠੀਕ ਹੈ SLX ਵੇਰੀਐਂਟ ਹੈਗਾ SLX ਟੌਪ ਤੋਂ ਥੱਲੇ ਵਾਲਾ ਹੁੰਦਾ ਜੀ ਠੀਕ ਹੈ ਪਹਿਲੇ ਨਾਮ ਦੀ ਗੱਡੀ ਹੈ ਰਜਿਸਟ੍ਰੇਸ਼ਨ ਪੰਜਾਬ ਦਾ ਮੋਹਾਲੀ ਨੰਬਰ ਹੈ ਠੀਕ ਹੈ ਕਾਰ ਭਾਜੀ ਬੰਦੇ ਨੇ ਬਹੁਤ ਸਾਂਭ ਕੇ ਰੱਖੀ ਹੈ ਬੰਪਰ ਟੂ ਬੰਪਰ ਓਰੀਜਨਲ ਹੈ ਚੱਲੀ ਸਿਰਫ 71,700 ਹੈ 71,700 ਕਿਲੋਮੀਟਰ ਚੱਲੀ ਹੈ 17 ਮਾਡਲ ਹੈ ਜੀ ਇਹ ਨਾਮ ਇਹ ਵੀ ਪਹਿਲੇ ਆਇਆ ਜੀ ਇਹਦੀ ਆਸਕਿੰਗ ਪ੍ਰਾਈਸ ਵੀਰੇ ਆਪਾਂ ਰੱਖੀ ਹੈ 7,40,000 ਦੇ ਵਿੱਚ 7 ਲੱਖ ਦੀ ਕਾਰ ਭਾਜੀ ਆਪਾਂ ਦੇ ਦਿੱਤੀ ਬਿਲਕੁਲ ਫੇਰ ਆਏ ਜੀ ਸਕਾਰਪੀਓ ਸਕਾਰਪੀਓ ਵਾਲੇ ਲਾਂਬੇ ਲਾ ਦੇਣੇ ਨਾ ਸਕਾਰਪੀਓ ਬਹੁਤ ਖੜੀਆਂ ਨੇ ਆਪਣੇ ਕੋਲੇ ਪੂਰੇ ਲਾਂਬੇ ਲਾ ਦੇਣੇ ਮੰਗੋ ਸਹੀ ਕਿਹੜੀ ਚਾਹੀਦੀ ਹੈ ਇਹ ਭਾਈ ਜੀ 17 ਮਾਡਲ ਆ ਗਈ ਸਕਾਰਪੀਓ ਠੀਕ ਹੈ ਸੀਰੀਜ਼ ਦੀ ਗੱਲ ਹੈ S10 ਆ ਗਈ ਜੀ S10 6 ਸੀਗੀ ਇਹ ਹੈਗੀ ਹੈ S10 ਠੀਕ ਹੈ ਇਹ ਨਾਮ ਪਹਿਲੇ ਆ ਠੀਕ ਹੈ ਸਾਰੀ ਕਾਰ ਓਰੀਜਨਲ ਹੈ ਯੂਪੀ ਰਜਿਸਟ੍ਰੇਸ਼ਨ ਨੰਬਰ ਹੈ ਜੀ ਇਹ ਨੰਬਰ ਲਵਾ ਕੇ ਗੱਡੀ ਦੀ ਜਿਹੜੀ ਆਸਕਿੰਗ ਪ੍ਰਾਈਸ ਹੈ ਜੀ ਉਹ 12.5 ਲੱਖ ਰੁਪਏ ਹੈ 12.5 ਨੰਬਰ ਸਮੇਤ ਨੰਬਰ ਸਮੇਤ ਕਿਸੇ ਨੇ ਜੇ ਨੰਬਰ ਨਹੀਂ ਲਵਾਉਣਾ ਇਹ 17 ਮਾਡਲ ਦਾ ਇਹਦਾ ਨੰਬਰ ਥੋੜਾ ਮਹਿੰਗਾ ਲੱਗਣਾ ਉਹ ਲੱਗਣਾ 80,000 ਰੁਪਏ ਦਾ ਓਕੇ ਕਿਸੇ ਨੇ ਨੰਬਰ ਨਹੀਂ ਲਵਾਉਣਾ 12.5-84 ਲੈਸ ਕਰਕੇ ਕਰ ਦੇ ਦਿੱਤੀ ਫੇਰ ਆਈ ਜੀ ਹਰਿਆਣੇ ਦੀ ਬਿਲਕੁਲ ਜੀ ਹੁਣ ਹਰਿਆਣਾ ਆ ਗਈ ਇਹ ਹੈਗੀ ਹੈ ਜੀ 16S6+ ਠੀਕ ਆ ਨਾਮ ਇਹ ਵੀ ਪਹਿਲੇ ਆ ਜੀ ਇਹਨੂੰ ਵੀ 20 ਇੰਚ ਲੋਇਟ ਆ ਮੁੰਡਿਆਂ ਨੇ ਲਵਾਏ ਹੋਏ ਲਾਏ ਦੇਖੋ ਸਟੇਟ ਨੰਬਰ ਆ ਬਹੁਤ ਜਾਇਜ਼ ਰੱਖਿਆ ਵੀਰੇ ਮੇਰੇ ਦਾ ਰੇਟ ਇਹਦਾ ਆਸਕਿੰਗ ਪ੍ਰਾਈਸ ਨੰਬਰ ਲਵਾ ਕੇ ਆਪਾਂ 9.5 ਲੱਖ ਰੁਪਏ ਰੱਖਿਆ 9.5 ਦੇ ਵਿੱਚ ਦਿੱਤੀ ਬਿਲਕੁਲ ਨੰਬਰ ਲਵਾ ਕੇ ਨੰਬਰ ਲਵਾ ਕੇ ਇਹਨੂੰ 50,000 ਦਾ ਨੰਬਰ ਲੱਗਣਾ ਉਹੀ ਆਪਾਂ ਡਿਡਕਟ ਕਰਕੇ 9 ਲੱਖ ਰੁਪਏ ਡਿਮਾਂਡ ਕਿੰਨੀ ਦੱਸੀ ਸੀ 9.5 ਇਨਕਲੂਡਿੰਗ ਨੰਬਰ ਇਨਕਲੂਡਿੰਗ ਨੰਬਰ ਉਹੀ ਫਿਰ 9 ਦੀ ਦੇ ਦਾਂਗੇ 9 ਦੀ ਬਿਲਕੁਲ ਠੀਕ ਹੈ ਜੀ ਸਕਾਰਪੀਓ ਫਿਰ ਬਿਲਕੁਲ ਭਾਜੀ ਇਹ ਤਾਂ ਤੋਹਫਾ ਲੈ ਕੇ ਆਇਆ ਘੱਟ ਰੇਂਜ ਦੇ ਵਿੱਚ ਪੰਜਾਬ ਰਜਿਸਟਰਡ ਨੰਬਰ ਲੋ ਜੀ 2015 S10 ਪੂਰੀ ਮਾਰਕੀਟ ਤੋਂ ਲੱਭ ਲਓ ਜਿੰਨੇ ਦੀ ਗੱਡੀ ਦੇ 9.5 ਲੱਖ ਰੁਪਏ ਦੀ ਭਾਜੀ 15 S10 ਗੱਡੀ ਦੇ ਦਿੱਤੀ ਦਿੱਤੀ ਭਾਜੀ 9.5 ਲੱਖ ਇਹ ਦੂਸਰੇ ਨਾਮ ਦੀ ਪਹਿਲੇ ਨਾਮ ਦੀ ਪਹਿਲੇ ਨਾਮ ਦੇ ਦਿੱਤੀ ਕੀ ਬਾਤ ਹੈ ਨਾਲੇ ਥਾਰ ਵਾਲੇ ਲਾਏ ਪਵਾ ਕੇ ਬਿਲਕੁਲ ਵੀਰੇ ਫਲੋਇਟਰ ਪਹਿਲਾਂ ਦੂਸਰੇ ਸੀਗੇ ਇਹ ਚੇਂਜ ਕਰਾ ਕੇ ਉਹਨਾਂ ਨੇ ਥਾਰ ਵਾਲੇ ਪਵਾਤੇ ਅੱਜ ਕੱਲ ਥਾਰਾਂ ਦਾ ਕਨਸੈਪਟ ਚੱਲ ਪਿਆ ਤਾਂ ਲੋਇਟਰ ਬੰਦੇ ਆ ਤੇ ਡਿਮਾਂਡ ਥਾਰ ਦੀ ਕੋਈ ਵੀ ਚੀਜ਼ ਲੈ ਲਓ ਚੱਲਦੀ ਆ ਬਿਲਕੁਲ ਪੰਜਾਬ ਰਜਿਸਟ੍ਰੇਸ਼ਨ ਨੰਬਰ ਆ ਭਾਜੀ ਨਾਮ ਪਹਿਲੇ ਗੱਡੀ ਠੀਕ ਹੈ 2015 ਮਾਡਲ ਆ ਪਹਿਲੇ ਨਾਂ ਤੇ ਆ 70,000 ਕਿਲੋਮੀਟਰ ਚੱਲੀ ਠੀਕ ਹੈ ਜੀ ਗੱਡੀ ਮੰਨ ਕੇ ਚੱਲੋ ਪੂਰੀ ਕਾਰ ਦੇ ਵਿੱਚ ਸ਼ਾਇਦ ਇੱਕ ਅੱਧਾ ਪੀਸ ਪੇਂਟ ਹੋਵੇ ਬਾਕੀ ਸਾਰੀ ਕਾਰ ਓਰੀਜਨਲ ਹੈ ਠੀਕ ਹੈ ਇਹਦੀ ਆਸਕਿੰਗ ਪ੍ਰਾਈਸ ਵੀਰੇ ਆਪਾਂ 5 ਲੱਖ ਰੁਪਏ ਰੱਖੀ ਹੋਈ ਹੈ ਸਵਿਫਟ ਦੇ ਭਾਅ ਤੇ ਵੱਡੀ ਕਾਰ ਸੋਲਿਡ ਗੱਡੀ ਆਪਾਂ ਠੀਕ ਹੈ ਜੀ ਸਵਿਫਟ ਦੇ ਰੇਟ 'ਚ ਮਿਲਣ ਵਾਲੀ ਹੈ ਡਸਟਰ ਤੁਹਾਨੂੰ ਬਿਲਕੁਲ ਬਾਈ
ਤੇ ਓਨਰ ਪਹਿਲਾਂ ਪਹਿਲੇ ਨਾਮ ਦੀ ਆ, ਪੰਜਾਬ ਰਜਿਸਟਰਡ ਨੰਬਰ ਆ। ਠੀਕ ਹੈ ਜੀ। ਫਿਰ ਆ ਜਾਂਦੀ ਆ ਭਾਈ ਟਾਟਾ ਦੀ ਇੰਡੀਗੋ। ਇੰਡੀਗੋ ਇਹ ਭਾਜੀ 14 ਮਾਡਲ ਕਾਰ ਆ। ਕਿਸੇ ਨੂੰ ਵੱਧ ਐਵਰੇਜ ਵਾਲੀ ਕਾਰ ਚਾਹੀਦੀ ਹੋਵੇ, ਸਾਰੀ ਓਰੀਜਨਲ ਚਾਹੀਦੀ ਹੋਵੇ, ਘੱਟ ਬਜਟ 'ਚ ਚਾਹੀਦੀ ਹੋਵੇ, ਮਾਡਲ ਉੱਚਾ ਚਾਹੀਦਾ ਹੋਵੇ, ਠੀਕ ਹੈ, ਆਹ ਗੱਡੀ ਆਪਾਂ ਦੇਵਾਂਗੇ ਕਸਟਮਰ ਨੂੰ। ਇਹ 2014 ਮਾਡਲ ਆ ਜੀ। ਠੀਕ ਹੈ। ਨਾਮ ਪਹਿਲੇ ਆ, ਚੱਲੀ ਸਿਰਫ ਤੇ ਸਿਰਫ 53,000 ਕੰਪਨੀ ਰਿਕਾਰਡ। ਇਹ ਨਾ ਸੋਚਿਓ ਕਿ ਭਾਈ ਟੈਕਸੀ ਚੱਲੀ ਆ, ਟੈਕਸੀ ਨਹੀਂ ਹੈਗੀ, ਇਹ ਘਰ ਹੈਲੂ ਗੱਡੀ ਆ। ਇਹ ਭਾਈ ਤੁਸੀਂ ਆਪ ਜਦੋਂ ਆ ਕੇ ਕਸਟਮਰ ਦੇਖੂਗਾ ਨਾ ਗੱਡੀ, ਆਪਣੇ ਆਪ ਸਮਝੂਗਾ ਕਿ ਹਾਂ ਵਾਕਈ 'ਚ ਕੁਝ ਨਵੇਂ ਇੰਜਨ ਵਾਲੀ ਆ ਗਈ ਭਾਜੀ, ਨਵੀਂ ਲਾਈਟਾਂ ਵਾਲੀ ਆ ਗਈ, ਨਵੇਂ ਇੰਟੀਰੀਅਰ ਵਾਲੀ ਆ। ਠੀਕ ਆ। ਕਾਫੀ ਚੇਂਜਸ ਪਾਈਆਂ ਨੇ ਆ ਇੰਜਨ ਦੇ ਵਿੱਚ। ਆਸਕਿੰਗ ਪ੍ਰਾਈਸ ਭਾਜੀ ਇਹਦੀ ਆਪਾਂ ਸਿਰਫ ਤੇ ਸਿਰਫ 2.25 ਲੱਖ ਰੱਖੀ ਆ, ਤੇ ਆਪਾਂ ਇੱਕੋ ਮੁੱਲ 1,95,000 ਦੀ ਕਰ ਦੇਣਾ। 1,95,000 ਦੀ ਦਿੱਤੀ। ਹੈਲੋ ਦੱਸਿਓ ਜੀ। ਹੋਲੋ ਆ ਗਈ ਭਾਜੀ, ਕੰਫਰਟ ਲਾਈਨ ਕਾਰ ਹੈ। ਠੀਕ ਹੈ। ਓਨਰ ਇਹਦਾ ਸੈਕਿੰਡ ਹੈ। ਠੀਕ। ਜੂਨ ਤੱਕ ਫੁੱਲ ਇੰਸ਼ੋਰਡ ਹੈ। 90,000 ਚੱਲੀ ਹੈ। ਰਜਿਸਟ੍ਰੇਸ਼ਨ ਵੀ ਦੇਖ ਸਕਦੇ ਹੋ, ਪੰਜਾਬ ਨੰਬਰ ਆ। ਹਾਂਜੀ। 2013 ਮਾਡਲ ਆ। ਸਵਿਫਟ ਨਾਲੋਂ ਵੀ ਘੱਟ ਰੇਟ 'ਤੇ ਆਸਕਿੰਗ ਪ੍ਰਾਈਜ਼ ਇਹਦੀ ਰੱਖੀ ਹੋਈ ਹੈ, 3,10,000 ਰੁਪਇਆ ਸਿਰਫ। 3,10,000 ਦੀ 2013 ਮਾਡਲ। ਸਵਿਫਟ ਦੀ ਤੁਹਾਨੂੰ ਪਤਾ ਮਾਰਕੀਟ 'ਚ 360-365 ਚੱਲਦੀ ਹੈ 13 ਦੀ, ਅਤੇ ਆਪਾਂ 13,310 ਦੀ ਗਰਾਰੀ ਫਸਾਈ ਹੈ ਕਿ ਸਵਿਫਟ ਹੀ ਲੈਣੀ ਆ, ਤਾਂ ਫਿਰ ਸਵਿਫਟ ਵੀ ਹੈਗੀ ਆ। ਹਾਂ ਬਿਲਕੁਲ ਭਾਜੀ, ਘੱਟ ਬਜਟ ਦੇ ਵਿੱਚ ਪੁਰਾਣੀ ਸ਼ੇਪ, ਦੋਹਾਂ ਮਜ਼ਬੂਤ ਸੀ ਨਾ ਪੁਰਾਣੀ ਸ਼ੇਪ। ਹਾਂਜੀ ਹਾਂਜੀ। 2010 ਮਾਡਲ ਆ, VDI ਆ ਭਾਜੀ, ਲੋਕਲ ਲੁਧਿਆਣਾ ਰਜਿਸਟ੍ਰੇਸ਼ਨ ਆ। ਠੀਕ ਆ। ਓਨਰ ਦੀ ਗੱਲ ਕੀਤੀ ਜਾਵੇ, ਸੈਕਿੰਡ ਓਨਰ ਕਾਰ ਆ। ਠੀਕ ਆ। ਚੱਲੀ ਭਾਜੀ ਇਹ ਸਿਰਫ ਤੇ ਸਿਰਫ 80,000 ਹੈਗੀ ਆ। ਟਚਿੰਗ ਮਾੜੀ ਮੋਟੀ ਹੈਗੀ ਆ, ਬੰਪਰ ਵਗੈਰਾ ਲੋਹਾ ਵਗੈਰਾ ਕੁਛ ਵੀ ਨਹੀਂ ਹੈਗਾ। ਠੀਕ ਆ। ਓਰੀਜਨਲ ਸਾਰੀ ਹੈ ਨਾ। ਬਿਲਕੁਲ ਭਾਜੀ, ਬਿਲਕੁਲ। ਇਹਦੀ ਜਿਹੜੀ ਡਿਮਾਂਡ ਰੱਖੀ ਹੋਈ ਆ ਉਹ ਆਪਾਂ ਰੱਖੀ ਹੈ ਭਾਜੀ 2,55,000 ਰੁਪਇਆ। 2,55,000 ਵੀ, ਹਾਂ ਉਹਦੇ ਵਿੱਚ ਵੀ ਭਾਜੀ ਆਪਾਂ ਨੈਗੋਸ਼ੀਏਟ ਕਰ ਲਾਂਗੇ। ਠੀਕ ਹੈ ਜੀ। 2,55,000 ਦੇ ਵਿੱਚ ਵੀ ਹੋ ਜਾਊਗਾ ਮਾਣ ਤਾਂ ਤੁਹਾਡਾ। ਤੇ ਚੱਲੀ ਕਿੰਨੀ ਕੁ ਦੱਸੀ ਇਹ ਭਾਈ ਜੀ? 80,000। 80,000 ਚੱਲੀ ਆ। I20 ਬਿਲਕੁਲ ਵੀਰੇ, ਇਹ ਵੀ ਘੱਟ ਬਜਟ ਵਾਲੀ ਇੱਕ ਤਰ੍ਹਾਂ ਦੀ ਕਾਰ ਹੈਗੀ ਹੈ। ਇਹ 2014 ਮਾਡਲ ਹੈ, ਰਜਿਸਟ੍ਰੇਸ਼ਨ 2015 ਦੀ। ਠੀਕ ਹੈ ਜੀ। ਓਨਰ ਇਹਦਾ ਸੈਕਿੰਡ ਆ ਵੀਰੇ। ਚੱਲੀ ਇਹ 81,000 ਹੈ। ਉਸ ਤੋਂ ਬਾਅਦ ਇਹਦੀ ਗੱਲ ਕੀਤੀ ਜਾਵੇ ਵੇਰੀਐਂਟ ਦੀ, ਸਪੋਰਟਸ ਵੇਰੀਐਂਟ ਦੇ ਵਿੱਚ ਆ ਜਾਂਦਾ, ਜਿਵੇਂ ਇਹਦੇ 'ਚ ਆਉਂਦਾ ਜੀ ਮੈਗਨਾ ਹੁੰਦੀ ਹੈ, ਸਪੋਰਟਸ ਆਸਤਾ, ਇਹ ਸਪੋਰਟਸ ਵੇਰੀਐਂਟ ਹੈ। 14 ਮਾਡਲ ਹੈ, ਸਿਰਫ ਤੇ ਸਿਰਫ ਇਹਦੀ ਜਿਹੜੀ ਡਿਮਾਂਡ ਆ ਉਹ 3,40,000 ਰੁਪਏ ਆ। 3,40,000 ਦੇ ਵਿੱਚ? ਬਿਲਕੁਲ ਵੀਰੇ, 3,40,000 ਉਹਦੇ ਵਿੱਚ ਵੀ ਆਪਾਂ ਮਾਨਤਾਨ ਹੋ ਜਾਊਗਾ। ਮਾਨਤਾਨ ਭਾਜੀ ਹਮੇਸ਼ਾ ਹਰ ਗੱਡੀ 'ਚ ਆਏ ਗਏ ਦਾ ਵੀ ਹੈਗਾ ਹੀ ਹੈਗਾ। ਬਿਲਕੁਲ। ਤੇ ਪਹਿਲੇ ਨਾਮ ਦੀ? ਦੂਸਰੇ ਨਾਮ ਦੇ। ਇਹ ਹੈਗੀ ਆ ਡੀਜ਼ਲ। ਡੀਜ਼ਲ 2014 ਮਾਡਲ। ਠੀਕ। ਸਡਾਨ ਦੇ ਵਿੱਚ ਬਹੁਤ ਵਧੀਆ ਕਾਰ ਸੁਜ਼ੂਕੀ ਵਾਲਿਆਂ ਦੀ ਹੈਗੀ ਆ। ਪਹਿਲੀ ਗੱਲ ਤਾਂ ਇਹਦੀ ਐਵਰੇਜ ਬਹੁਤ ਐਵਰੇਜ, ਲੋਕਲ ਦੇ ਵਿੱਚ ਵੀ 22+ ਦੀ ਐਵਰੇਜ ਦਿੰਦੀ ਗੱਡੀ। ਅੱਛਾ ਜੀ। ਸਿਆਜ਼ ਕਾਰ ਹੈਗੀ ਹੈ ਜੀ, ਲੋਕਲ ਪੰਜਾਬ ਨੰਬਰ ਹੈਗੀ ਹੈ, 2017 ਮਾਡਲ ਗੱਡੀ ਹੈ। ਕਿਲੋਮੀਟਰ ਸਿਰਫ ਤੇ ਸਿਰਫ 66,000 ਕਿਲੋਮੀਟਰ ਚੱਲੀ ਹੋਈ ਹੈ। ਠੀਕ ਹੈ। ਵੇਰੀਐਂਟ ਭਾਜੀ ਟੌਪ ਵੇਰੀਐਂਟ ਹੈਗਾ, ZDA+ ਪੁਸ਼ ਬਟਨ ਦੇ ਵਿੱਚ। ਠੀਕ। ਸਾਰੀ ਕਾਰ ਓਰੀਜਨਲ ਹੈਗੀ ਹੈ। ਇਹਦੀ ਜਿਹੜੀ ਆਸਕਿੰਗ ਪ੍ਰਾਈਜ਼ ਆ 7.5 ਲੱਖ ਰੁਪਏ ਆ ਗਈ ਹੈ। ਨਾਮ ਗੱਡੀ ਪਹਿਲੇ ਹੈ। ਨਾਮ ਪਹਿਲੇ 7.5 ਲੱਖ ਦੀ ਆਸਕਿੰਗ ਆ। ਬਾਕੀ ਮੌਕੇ ਤੇ ਜ਼ਰੂਰ ਭਾਜੀ ਜਿੰਨਾ ਹੋ ਸਕਿਆ ਮਾਨਤਾ ਨੂੰ ਕਰਾਂ। ਠੀਕ ਹੈ ਜੀ। ਇਹ ਡੀਜ਼ਲ ਪੈਟਰੋਲ ਗੱਡੀ, ਸੌਰੀ ਆਲੀ ਗੱਡੀ। ਹਾਂਜੀ ਹਾਂਜੀ। ਇਹ ਭਾਜੀ ਡੀਜ਼ਲ, ਸਿਆਜ਼ ਡੀਜ਼ਲ ਹੈ, ZDI। ਇਹ I10 ਪੈਟਰੋਲ ਵੇਰੀਐਂਟ ਆ ਵੀਰੇ। ਠੀਕ ਹੈ। 2017 ਮਾਡਲ, ਜਿਹਨੇ ਕਹਿੰਦੇ ਘੱਟ ਚਲਾਉਣੀ ਹੈ, ਲੋਕਲ ਚਲਾਉਣੀ ਹੈ, ਬੈਸਟ ਕਾਰ ਆ ਉਹਨਾਂ ਵਾਸਤੇ ਹੁੰਡਾਈ ਦੀ। 2017 ਮਾਡਲ ਹੈ, ਰੇਟ ਵਾਈਜ਼ ਵੀ ਘੱਟ ਇਹਦਾ ਹੈਗਾ ਆ, 4.5 ਲੱਖ ਰੁਪਇਆ ਡਿਮਾਂਡ ਹੈ। 45,000 ਕਿਲੋਮੀਟਰ ਸਿਰਫ ਕਾਰ ਚੱਲੀ ਹੈ ਜੀ। ਅੱਛਾ, ਲੈਸ ਡਰਾਈਵਨ ਹੋਣ ਵਾਲੀ ਆ। ਬਿਲਕੁਲ ਬਿਲਕੁਲ। ਹਾਂਜੀ। ਤੇ 2017 ਮਾਡਲ ਹੈਗਾ, 4.5 ਲੱਖ ਰੁਪਇਆ ਅਸੀਂ ਮੰਗਦੇ ਹਾਂ।
ਔਨ ਟੇਬਲ ਨੈਗੋਸ਼ੀਏਬਲ ਹਰ ਕਾਰ ਦੇ ਵਿੱਚ ਜਿਵੇਂ ਤੁਹਾਨੂੰ ਦੱਸਿਆ ਇਸ ਵਾਸਤੇ ਵੀ ਬਿਲਕੁਲ ਇਹ ਪਹਿਲੇ ਨਾਮ ਦੀ ਨਾਮ ਪਹਿਲੇ ਠੀਕ ਹੈ ਜੀ ਛੋਟੀ ਗੱਡੀ ਛੋਟਾ ਜਿਹਾ ਨੰਬਰ ਬਿਲਕੁਲ ਦੇਖੋ ਸ਼ਹਿਰ ਵਿੱਚ ਚਲਾਉਣ ਨੂੰ ਨਾਲੇ ਪੈਟਰੋਲ ਵੇਰੀਐਂਟ ਐਵਰੇਜ ਬਹੁਤ ਆ ਖਾਸ ਕਰੇਗਾ ਹਾਂਜੀ ਐਵਰੇਜ ਦੇ ਪੱਖੋਂ ਜ਼ਿਆਦਾਤਰ ਲੋਕੀ ਪੈਟਰੋਲ ਵੇਰੀਐਂਟ ਇਹਦਾ ਪਸੰਦ ਕਰਦੇ ਨੇ ਜੀ ਆਈਟਮ ਹਾਂਜੀ ਠੀਕ ਹੈ ਜੀ ਸੋ ਆਹ ਸੀਗੀ ਅੱਜ ਦੀ ਵੀਡੀਓ